ਜੀ ਕਰਾਵਾਂਗੇ ਤੁਹਾਨੂੰ ਅੱਜ ਅੰਮ੍ਰਿਤਸਰ ਦੀ ਸ਼ਹਿਰ ਤੇ ਇਹ ਸਾਰੇ ਕੁਝ ਘੁਮਾਵਾਂਗੇ। ਲੋ ਜੀ ਆਹ ਕਨੋਲੀ ਆਪਾਂ ਆ ਗਏ ਆ, ਇੱਥੇ ਹੋਣੀ ਆ ਸੋਨਾ, ਵੜ ਕੇ ਐਂਟਰ ਹੋ ਗਏ ਅੰਦਰ। ਇੱਥੋਂ ਲੱਭੋ ਹੁਣ ਸੋਨਾ ਨੂੰ ਕਿੱਧਰ ਵੜੀ ਆ। ਪੀਲੀ ਵੈਨ ਕਿੱਥੇ ਆ? ਪੀਲੀ ਵੈਨ ਉਹ ਲਾਸਟ ਤੇ। ਲੋ ਜੀ ਅੱਗੇ ਹੁਣ ਉਹਨੂੰ ਵੜਦਾ। ਲੱਭ ਗਈ ਆ ਪਰ ਦੇਖ ਨਹੀਂ ਡਈ। ਫੋਨ ਲਾਓ, ਫੋਨ ਲਾਓ ਉਹਨੂੰ, ਫੋਨ ਲਾਈ। ਚੱਲ ਜਾ ਅੰਦਰ ਵੇਖ ਕੇ ਆ। ਲਓ ਜੀ ਆਪਾਂ ਗੇਟ ਦੇ ਬਾਹਰ ਖੜੇ ਆ ਮਾਸੀ ਕੇ। ਲਓ ਜੀ ਸੋਨਾ ਹੁਣੀ ਐਂਟਰ ਹੋ ਗਏ ਆ ਬਾਹਰ ਮੇਰੇ ਖਿਆਲ ਨਾਲ। ਆ ਗਏ ਸੋਨਾ ਹੁਣੀ, ਇਹਨਾਂ ਨੂੰ ਲੈਣ ਆਏ ਸੀ ਆਪਾਂ। ਇਹ ਝੂਠ ਹੀ ਬੜੇ ਬੋਲਦੀ ਆ। ਠੀਕ ਠਾਕ? ਹਾਂ ਵਧੀਆ। ਚਲੋ ਗਾਈ ਸੱਗੇ ਜਾ ਕੇ ਸੋਨਾ ਨੂੰ ਲੈ ਕੇ ਘਰੇ ਚੱਲੇ ਆ। ਸੋਨਾ ਨੂੰ ਲੈ ਕੇ ਘਰੇ ਚੱਲੇ ਆ ਤੇ ਹੁਣ ਤੁਹਾਨੂੰ ਘਰੇ ਜਾ ਕੇ ਇਹ ਨਰਾਤੇ ਰੱਖੇ ਸੀ ਇਹਨੇ ਤੇ ਕੰਜਕ ਬਣੀ ਸੀ। ਅਸੀਂ ਚੱਲੇ ਆ ਮਕਬੂਲਪੁਰੇ। ਕਿੱਥੇ? ਮਕਬੂਲਪੁਰੇ। ਅਸੀਂ ਆਏ ਆ ਫਲੈਟਾਂ 'ਚ ਅੰਮ੍ਰਿਤਸਰ ਤੇ ਤੁਹਾਨੂੰ ਉੱਪਰ ਦਾ ਮਾਹੌਲ ਚੱਲ ਦਿਖਾਉਂਦੇ ਆ। ਉੱਪਰ ਵਧੀਆ ਨਾ? ਨਹੀਂ ਵਧੀਆ ਵਾ ਉੱਪਰ। ਕੀ ਵਧੀਆ? ਕਿਸੇ ਅਲਫਾ ਵਨ? ਲਓ ਜੀ ਅਲਫਾ ਵਨ ਤਾਂ ਤੁਹਾਨੂੰ ਦੇਖ ਹੀ ਆਉਣਾ ਵਾ। ਆਇਆ ਭਲਾ ਇੱਧਰ ਹੋਏ ਤੇ ਵੀਰ ਰਾਮਗੜੀ ਹੋਣੀ ਇੱਥੇ ਦੇ ਭਲਾ ਰਾਮਗੜੀ ਜਿਹੜੇ। ਲਓ ਜੀ ਵੇਖ ਲਓ ਫਲੈਟ ਅੰਮ੍ਰਿਤਸਰ ਦੇ। ਇਹ ਪੁਰਾਣੇ ਫਲੈਟ ਆ ਜੀ। ਇਹ ਪੁਰਾਣੇ ਹੀ ਆ ਨਾ ਫਲੈਟ? ਪੁਰਾਣੇ ਫਲੈਟਾਂ 'ਚ ਆਏ ਹਾਂ। ਬਹੁਤ ਵਧੀਆ ਵੇਖ ਲਓ। ਇੱਧਰ ਕੀ ਆ ਮੋਟੋ? ਵੱਖਰੀਆਂ ਵੱਖਰੀਆਂ? ਅੱਛਾ ਦੇਖ ਲਓ ਜੀ। ਕਿਹੜੀ ਵੀਡੀਓ ਬਣੀ? ਉਹ ਸੋਨਾ ਉਹਨਾਂ ਨੂੰ, ਸੋਨਾ ਉਹਨਾਂ ਨੇ ਵੀ ਲੈਣਾ ਇਸ ਕੋਣਾ। ਆਹ ਇਹ 'ਚ ਕੀ ਆ? ਆਹ ਠੀਕ ਆ ਠੀਕ ਆ, ਜਾਨਵਰਾਂ ਵਾਲੀ ਪਾਣੀ ਦੇਖ ਲਓ ਭਾਈ ਵੀਰ। ਪੁਰਾਣੇ ਫਲੈਟਾਂ 'ਚ ਜਾਏ ਆਪਾਂ। ਉਹ ਨਾ ਮਤਲਬ ਫੈਕਟਰੀ ਆ ਦੀ ਵੇਰਕਾ ਦੁੱਧ ਵਾਲੀ, ਵੇਰਕਾ ਆਪਣੀ ਗੱਡੀ ਖੜੀ ਹੋਈ ਆ। ਦੇਖ ਲਾ, ਦੇਖ ਸਕਦੇ ਆ ਇੱਥੋਂ ਤੁਸੀਂ ਮਤਲਬ ਜੂਮ ਕਰਕੇ ਅਲਫਾ ਵਨ। ਅਲਫਾ ਵਨ ਤੁਹਾਨੂੰ ਦੇਖ ਹੀ ਲਿਆ ਹੋਣਾ ਤੁਸੀਂ, ਬਾਕੀ ਹੁਣ ਥੱਲੇ ਆਓ ਕਰਦੇ ਇੱਕ ਮਿੰਟ ਕਰਦਾ ਵਟਸਐਪ। ਫਲੈਟ ਬਹੁਤ ਵਧੀਆ। ਚਲੋ ਜੀ ਚਲ ਚੱਲੀਏ ਫਿਰ। ਮੋਬਟ ਕਿੱਥੇ ਆ? ਉਹਨਾਂ ਕਿਦੋਂ ਬਣਾ? ਅਲਫਾ ਵਨ ਨਾ ਚੱਲੀਏ, ਅਲਫਾ ਵਨ ਉਹਨੂੰ ਸੋਨਾ ਨੂੰ ਲਿਆਉਣਾ ਪੈਣਾ। ਟ੍ਰੇਨ ਦਿਖਾਉਂਦੇ, ਟ੍ਰੇਨ ਆਉਂਦੀ ਪਈ ਆ। ਗੱਡੀ ਲੰਮੀ ਗੱਲਾਂ
ਗੱਡੀਆਂ ਵੀ ਸੀ ਗੁਰੂ ਤੇਗ ਬਹਾਦਰ ਗੇਟ ਲੰਘ ਆਏ ਆ ਜੀ ਬਹਾਦਰ ਤੇਗ ਬਹਾਦਰ ਜੀ ਗੇਟ ਲੰਘ ਆਏ ਆ ਬਾਬੇ ਬਾਬੇ ਸਿੱਧਾ ਸਾਹਿਬ ਭਈਆਂ ਦੀ ਬਰਾਤ ਜਾ ਰਹੀ ਹੈ ਤੋ ਇਹਨਾਂ ਨੇ ਗਿਆ ਤੇ ਜੀ ਮਸਕਾਨ ਗਿਆ ਇਹਨਾਂ ਨਾਲ ਚੱਲਦੀ ਪਈ ਆ ਹੈ ਗਾਇਸ ਅਸੀਂ ਆਏ ਆ ਭਗਤਾਂ ਵਾਲੇ ਗੇਟ ਕਿੱਧਰ ਨੂੰ ਜਾਣਾ ਵੀਡੀਓ ਕਿੱਧਰ ਬਣਾਉਣੀ ਆ ਐਡ ਐਡ ਵੀਡੀਓ ਦਾ ਪਾਰਕਿੰਗ ਦਾ ਲੈਣਾ ਪਹਿਲਾਂ ਆਪਾਂ ਤੇਲ ਪਵਾਉਣੀ ਤੇਲ ਤੇ ਕਿੰਨੇ ਪਏ 100 ਤੀਆਂ ਦਾ ਪਵਾ ਤੀਆਂ ਦਾ ਪਵਾ ਕੇ ਘੁੰਮ ਕੇ ਨਾ ਦੂਰ ਜੇ 30 ਰੁਪਏ ਦਾ ਤੇਲ ਆਪ ਕੇ ਕਿੱਧਰ ਘੁੰਮਾਣਾ ਲੋ ਜੀ ਕਿੱਧਰ ਸਿੱਧਾ ਹੀ ਹਾਂ ਹਾਂ ਐਡ 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 ਓ ਹੋ 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 ਓ ਮਾਈ ਓ ਸਟੈਂਡ ਲੱਗਾ ਜੀ ਚੱਲੇ ਆ ਪਾਰਕ ਜੰਜੀਰ ਪਾਰਕ ਤੇ ਉੱਥੇ ਜਾ ਕੇ ਵੀਡੀਓ ਬਣਾ ਕੇ ਤੇ ਤੁਹਾਨੂੰ ਪਾਉਨੇ ਆ ਵਲੌਗ ਕੈਮਰਾ ਉਹ ਵਲੌਗ ਆ ਵਲੌਗ ਕੀ ਆ ਨਹੀਂ ਸਿੱਧਾ ਹੀ ਹਾਂ ਹਾਂ ਉਹ ਰੇਲ ਦੀ ਪਟੜੀ ਹੈ ਤੇ ਕਿਹੜੀ ਪਾਰਕ ਵਾ ਯਾਰ ਪਾਰਕ ਤੇ ਥੋੜੀ ਤੇਲ ਪਾਈ ਕਰ ਬੱਲੇ ਤੇ ਲੋ ਗਾਇਸ ਅਸੀਂ ਚੱਲੇ ਆ ਪੈਟਰੋਲ ਪੰਪ ਤੇ ਤੇਲ ਪਵਾ ਕੇ ਤੇ ਤੁਹਾਨੂੰ ਪਾਰਕ ਦੇ ਵਿੱਚ ਮਿਲਦੇ ਆ ਵੀਡੀਓ ਬਣਾਉਣੀ ਹੈ ਪਿੱਛੇ ਵੀਡੀਓ ਬੰਦੀਆਂ ਪਈਆਂ ਐ ਫ੍ਰੇਮ ਵੀ ਬਣਾ ਲੇ ਮੈਂ ਗਾਇਸ ਅਸੀਂ ਆ ਗਏ ਆ ਪੈਟਰੋਲ ਪੰਪ ਤੇ ਹੁਣ ਤੁਹਾਨੂੰ ਤੇਲ ਪਵਾ ਕੇ ਤੇ ਫੇਰ ਤੁਹਾਨੂੰ ਅਗਲੇ ਪਾਰਕ 'ਚ ਮਿਲਦੇ ਹਾਂ ਜੰਜੀਰਾ ਪਾਰਕ ਲਓ ਜੀ ਅਸੀਂ ਚੱਲੇ ਹੁਣ ਚਾਟੀ ਪਿੰਡ ਤੇ ਉੱਥੇ ਜਾ ਕੇ ਤੁਹਾਨੂੰ ਵੀਡੀਓ ਬਣਾ ਕੇ ਵਲੌਗ ਬਣਾ ਕੇ ਤੁਹਾਨੂੰ ਦਿਖਾਉਂਦੇ ਪਏ ਆ ਸਾਰਾ ਕੁਝ ਤੇ ਬਾਏ ਬਾਏ ਫੇਰ ਫਾਟਕ ਆ ਗਿਆ ਗਾੜੀ ਟ੍ਰੇਨ ਤਾਂ ਨਹੀਂ ਹੁੰਦੀ ਪਰ ਟ੍ਰੇਨ ਦੇ ਥੱਲੇ ਲੰਮੇ ਪੈ ਜੀ ਨਹੀਂ ਜੀ ਅਸੀਂ ਆ ਗਲਵਾਰੀ ਗੇਟ ਚੌਂਕ ਪਹੁੰਚ ਚੁੱਕੇ ਆ ਜੀ ਹੁਣ ਜਾ ਰਹੇ ਆ ਚਾਟੀ ਪਿੰਡ ਨਹਿਰ ਚਾਟੀ ਪਿੰਡ ਨਹਿਰ ਲੋਕੇਸ਼ਨ ਤੇ ਉੱਥੇ ਜਾ ਕੇ ਦੁਕਾਨੀ ਪਾਰਕ ਕਿਹੜੀ ਆ ਹੈ ਪਾਰਕ ਹੈਗੀ ਆ ਚਾਟੀ ਪਿੰਡ ਵਾਲੀ ਪਾਰਕ ਹੀ ਚਾਟੀ ਪਿੰਡ ਦੇ ਅੰਦਰ ਚੱਲ ਲਓ ਜੀ ਚਲੋ ਚਲੋ ਪੈਣੀ ਲਓ ਜੀ ਅਸੀਂ ਚਾਟੀ ਪਿੰਡ ਚਲੋ ਜੀ ਅਸੀਂ ਹੁਣ ਲੱਗੇ ਆ ਸਕੂਟਰੀ ਮੋੜਨ ਆ ਫੜਦਾ ਇੱਧਰ ਪਹੁੰਚ ਚੁੱਕੇ ਆ ਤਰਨ ਤਰਨ ਰੋਡ ਬਸ ਥੋੜਾ ਨਜ਼ਦੀਕ ਹੈ ਤੇ ਕਿੱਥੇ ਆ ਲਓ ਜੀ ਆਪਾਂ ਆ ਗਏ ਆ ਲੋਕੇਸ਼ਨ ਤੇ ਮੈਨੂੰ ਚੇਤਾ ਵਾਗਾ ਬਾਰਡਰ ਜਾਂਦੇ ਯਾਰ ਲੋਕੇਸ਼ਨ ਲੈਣੀ ਬਣਾ ਚੱਲ ਖਲੋ ਪਹਿਲਾਂ ਇੰਗਲਿਸ਼ 'ਚ ਪੜ੍ਹ ਕੇ ਖਾ ਕੇ ਲਿਖਿਆ ਫਿਰ ਮੈਂ ਤੈਨੂੰ ਵੀਡੀਓ ਬਣਾਉਂਗਾ ਪੰਜਾਬੀ 'ਚ ਕਰ ਲਾ ਜੋੜ ਉਹ ਪੰਜਾਬੀ ਦਾ ਕੱਢ ਲਿਆ ਕੀ ਵੇਲਾ ਹੋਏ ਇੱਦਾਂ ਮਹਿੰਗਾ ਪੈਣਾ ਇਹ ਕੰਮ ਨਹੀਂ ਲਓ ਜੀ ਕਰੋ ਦਰਸ਼ਨ ਇੱਥੇ ਆਓ ਬੜੀ ਵਧੀਆ ਨਹਿਰ ਵਾ ਲੋਕੇਸ਼ਨ ਹੀ ਲੋਕੇਸ਼ਨ ਬੜੀ ਘੈਂਟ ਲੋਕੇਸ਼ਨ ਬਾਈ ਚੱਲ ਇੱਥੇ ਬਣਾ ਵੀਡੀਓ ਨਹੀਂ ਸੁਣ ਡਿੱਗਣਾ ਜੀ ਨਹਿਰ ਚ ਲੋ ਜੀ ਦੇਖੋ ਆ ਗਈ ਇਹਦੇ ਵਿੱਚ ਸੋਨਾ ਆ ਜਗਦਾ ਰਾਤ ਪਾਣੀ ਹੇ ਗਾਈਸ ਚੈੱਕ ਕਰ ਸਕਦੇ ਹੋ ਸੋਨਾ ਉਹ ਤੇ ਚੱਲ ਗਾੜੀ ਬੱਲੇ ਬੱਲੇ ਰਾਤ ਤੇ ਭਾਅ ਜੀ ਵੇਖਣ ਵਾਲਾ ਹੁੰਦਾ ਵਲੋਗ ਕਿਉਂਕਿ ਇਹ ਸਾਰੀਆਂ ਸ਼ਾਰਕ ਜਗਦੀਆਂ ਵਾ ਲਾਈਟਾਂ ਸਾਰੀਆਂ ਤੇ ਸੋਹਣਾ ਸੋਹਣਾ ਮੋਣਾ ਯਾਰ ਵਧੀਆ ਵਾ ਨਾ ਫੋਟੋਆਂ ਖਿੱਚਾਂ ਇੱਕ ਮਿੰਟ ਰੁਕੀ
गाइस लम्मे भी पै सकते तुम थक गए जो थक गए लम्मे भी पै सकते तुम मंगावा कुछ खानू ओए अपने ब्लॉग की जरूरी लोग गाइस एंजॉय फुल हो रहा है आओ चलिए आओ की पीछे इत माड़ा आए कि जल्दी उस टाइम ही चल जी तू कड़ा सब्सक्राइबर लाइक और सब्सक्राइबर कर देना तो हम अगला ब्लॉग तुम मिलेगा परसों ठीक है जी तू पिछे की मरी जी मैं अपना इंट्रो